ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਪੰਜਾਬ ਅੰਦਰ ਆਖਰੀ ਗੇੜ ਵਿੱਚ ਲੋਕ ਸਭਾ ਚੋਣਾਂ ਲਈ ਪੋਲਿੰਗ ਹੋ ਰਹੀ ਹੈ। ਲੋਕਾਂ ਵਿੱਚ ਵੋਟਾਂ ਪਾਉਣ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਵੱਲੋਂ ਆਪਣੇ ਪਰਿਵਾਰ ਸਮੇਤ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਲੌਰ ਵਿਖੇ ਬੂਥ ਨੰਬਰ 172 'ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਇਸ ਮੌਕੇ ਬੋਲਦਿਆਂ ਚੌਧਰੀ ਸੰਤੋਖ ਸਿੰਘ ਨੇ ਕਿਹਾ ਹੈ ਕਿ ਦੇਸ਼ ਦੇ ਲੋਕ ਭਾਜਪਾ ਦੇ 5 ਸਾਲ ਦੇ ਕਾਰਜਕਾਲ ਤੋਂ ਬਹੁਤ ਦੁਖੀ ਹਨ ਅਤੇ ਲੋਕ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਅੰਦਰ 13 ਦੀਆਂ 13 ਸੀਟਾਂ 'ਤੇ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ। ਬਹੁਤ ਅੱਛਾ ਲੱਗ ਰਿਹਾ ਕਿਉਂਕਿ ਲੋਕਰਾਜ ਪ੍ਰਣਾਲੀ ਵਿੱਚ ਇਹ ਬਹੁਤ ਇੱਕ ਮਹੱਤਵਪੂਰਨ ਸਮਾਂ ਹੁੰਦਾ ਜਦੋਂ ਸਾਰੇ ਆਪਣੇ ਵੋਟ ਕਾਸਟ ਕਰਦੇ ਔਰ ਉਸ ਦੇ ਨਾਲ ਸਰਕਾਰ ਦਾ ਗਠਨ ਹੁੰਦਾ। ਸੋ ਅੱਜ ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਮੈਂ ਆਪਣੀ ਵੋਟ ਇੱਥੇ ਆ ਕੇ ਵੋਟ ਕੀਤੀ ਔਰ ਸਾਰੇ ਮੇਰੇ ਖੇਤਰ ਵਿੱਚ ਲੋਕਾਂ 'ਚ ਬਹੁਤ ਭਾਰੀ ਉਤਸ਼ਾਹ ਹੈ ਔਰ ਮੈਂ ਮਹਿਸੂਸ ਕਰ ਰਿਹਾ ਕਿ ਲੋਕ ਬਹੁਤ ਵੱਡੀ ਗਿਣਤੀ ਵਿੱਚ ਕਾਂਗਰਸ ਨੂੰ ਵੋਟ ਪਾ ਰਹੇ ਕਿਉਂਕਿ ਸਾਰੇ ਦੇਸ਼ ਵਿੱਚ ਅੱਜ ਲੋਕ ਚਾਹੁੰਦੇ ਹੈ ਕਿ ਇਹ ਸਰਕਾਰ ਬਦਲੇ ਕਿਉਂਕਿ ਜਿਹੜੀ 5 ਸਾਲ ਦੀ ਸਰਕਾਰ ਹੈ ਮੋਦੀ ਜੀ ਦੀ ਉਸਨੇ ਬਹੁਤ ਵੱਡੇ ਲੋਕ ਵਿਰੋਧੀ ਫੈਸਲੇ ਲਏ ਜਿਸ ਦੇ ਨਾਲ ਲੋਕ ਬਹੁਤ ਦੁਖੀ ਹਨ। ਇਸ ਕਰਕੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਔਰ ਖਾਸ ਕਰਕੇ ਪੰਜਾਬ ਵਿੱਚ ਮੈਂ ਮਹਿਸੂਸ ਕਰ ਰਿਹਾ ਕਿ 13 ਦੀਆਂ 13 ਸੀਟਾਂ ਕਾਂਗਰਸ ਸਰ ਫਲੌਰ ਮੇਰੀ ਜਿਹੜੀ ਕਰਮ ਭੂਮੀ ਹੈ ਮੈਂ ਆਪਣੀ ਸਿਆਸਤ ਦੀ ਸ਼ੁਰੂਆਤ ਜਿਹੜੀ ਇਲੈਕਸ਼ਨ ਦੀ ਉਹ ਇੱਥੋਂ ਸ਼ੁਰੂ ਹੋਈ ਔਰ ਮੈਂ ਮੇਰੀ ਹਰ ਵਕਤ ਮੇਰੀ ਕੋਸ਼ਿਸ਼ ਰਹਿੰਦੀ ਕਿ ਮੈਂ ਇਸਨੂੰ ਸੁੰਦਰ ਬਣਾਵਾਂ ਇਸਨੂੰ ਡਿਵੈਲਪ ਕਰਾਂ ਔਰ ਇਸ ਵਾਰ ਵੀ ਮੇਰੀ ਕੋਸ਼ਿਸ਼ ਹੋਏਗੀ ਕਿ ਮੈਂ ਫਲੌਰ ਵਾਸਤੇ ਕੋਈ ਵੱਡੇ ਪੈਕੇਜ ਲਿਆਵਾਂ ਜਿਸ ਨਾਲ ਪਹਿਲਾਂ ਹੀ ਫਲੌਰ ਜਿਹੜਾ ਗੇਟਵੇ ਆਫ ਦੁਆਬਾ ਉਸਨੂੰ ਸਹੀ ਮਿਹਨਤ ਮੈਂ ਗੇਟਵੇ ਆਫ ਦੁਆਬਾ ਬਣਾਉਣਾ ਚਾਹੁੰਦਾ।